ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਤੁਸੀਂ ਆਪ ਦੇਖ ਸਕਦੇ ਹੋ ਜੀ, ਇਹਨਾਂ ਦਾ ਐਕਸਰੇ ਆ ਜੀ ਆਪਣੇ ਬਾਬਾ ਜੀ ਦਾ। ਜਿਹੜੇ ਅਮਰੀਕ ਸਿੰਘ ਜੀ ਸਾਡੇ ਕੋਲ ਕੱਲ੍ਹ ਮਾੜੀ ਟਾਂਡਾ ਤੋਂ ਆਏ ਆ ਜੀ, ਅਤੇ ਇਹਨਾਂ ਦੇ ਐਕਸਰੇ ਰਿਪੋਰਟ ਦੇ ਵਿੱਚ ਚੂੜਾ ਟੁੱਟਿਆ ਹੋਇਆ ਜੀ, ਇਹਨਾਂ ਦਾ ਇੱਕ ਪਾਸਾ ਬਿਲਕੁਲ ਕਰੈਕ ਆ ਜੀ। ਉਹ ਟੱਚ ਕਰਕੇ ਦਿਖਾਇਆ ਜੀ ਦੋਸਤ, ਆਹ ਪਾਸਾ ਬਿਲਕੁਲ ਗੋਲੂਆ ਟੁੱਟਿਆ ਹੋਇਆ ਜੀ ਇਹਨਾਂ ਦਾ, ਗੋਲੂਆ ਸਾਫਤਾ ਵਾ ਜੀ। ਅਤੇ ਮੈਂ ਸਾਰੀ ਸੰਗਤਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਸੀਗਾ ਬਾਬਾ ਜੀ ਦੇ ਬਾਰੇ 'ਚ। ਅਸੀਂ ਲਾਈਵ ਹੋਏ ਹਾਂ ਦੁਬਾਰਾ ਜੀ, ਪਹਿਲਾਂ ਉੱਪਰ ਰਮੈਨ ਸਿੰਘ ਜੀ ਦਾਖਲ ਕਰਾਏ ਹੋਏ ਜੀ, ਉਹਨਾਂ ਬਾਰੇ ਲਾਈਵ ਹੋਏ ਸੀ, ਅਤੇ ਬਾਬਾ ਜੀ ਅਮਰੀਕ ਸਿੰਘ ਜੀ ਇਹ ਟਾਂਡਾ ਮਾੜੀ ਤੋਂ ਆਏ ਜੀ ਸਾਡੇ ਕੋਲ। ਕੱਲ੍ਹ ਵੀਰ ਛੱਡ ਕੇ ਗਏ ਆ ਜੀ, ਸ਼ੈਲੀ ਵੀਰ ਉਹਨੇ ਸਾਨੂੰ ਫੋਨ ਕਰਦੇ ਸੀ, ਉਹਨਾਂ ਨੇ ਛੱਡਿਆ ਉਹਨਾਂ ਦਾ ਭਤੀਜਾ ਸਾਡੇ ਕੋਲ ਛੱਡ ਕੇ ਗਿਆ ਬਾਬਾ ਜੀ ਨੂੰ, ਅਤੇ ਕੋਠੇ ਤੋਂ ਡਿੱਗ ਪਏ ਸੀਗੇ ਜੀ, ਇਹਨਾਂ ਦਾ ਚੂਲਾ ਟੁੱਟ ਗਿਆ ਜੀ ਡਿੱਗ ਕੇ ਕੋਠੇ ਤੋਂ ਜੀ, ਅਤੇ ਚੂਲੇ ਦੇ ਵਿੱਚ ਫ੍ਰੈਕਚਰ ਆ ਗਿਆ ਜੀ। ਕੋਠੇ ਲਵਾਰਸ ਉੱਥੇ ਪਿੰਡ ਦੇ ਵਿੱਚ ਸੌਂਦੇ ਸੀ ਜੀ ਆਪਣੇ, ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਹੈਗਾ ਜੀ, ਸਕੂਲ ਦੇ ਵਿੱਚ ਛੱਤ ਦੇ ਉੱਪਰ ਸੌਂਦੇ ਸੀ, ਉੱਪਰੋਂ ਡਿੱਗਣ ਦੇ ਕਰਕੇ ਇਹਨਾਂ ਦਾ ਚੂਲਾ ਟੁੱਟ ਗਿਆ ਜੀ। ਇਸ ਤੋਂ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋਇਆ ਹੋਇਆ ਜੀ, ਕਰੰਟ ਲੱਗ ਗਿਆ ਜੀ ਇਹਨਾਂ ਦਾ 15-20 ਸਾਲ ਪਹਿਲਾਂ, ਉਹਦੇ ਨਾਲ ਇਹਨਾਂ ਦੀ ਇੱਕ ਬਾਂਹ ਹੈ ਨਹੀਂ ਗਈ ਜੀ ਬਿਲਕੁਲ ਹੀ, ਅਤੇ ਇੱਕ ਅੱਖ ਹੈ ਨਹੀਂ ਗਈ, ਅਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ ਬਾਂਹ ਬਿਲਕੁਲ ਹੀ ਜੜ ਦੇ ਵਿੱਚੋਂ ਹੀ ਹੈ ਨਹੀਂ ਗਈ ਜੀ, ਅਤੇ ਉਦੋਂ ਕੱਟਣੀ ਪੈ ਗਈ ਸੀਗੀ। ਅਤੇ ਹੁਣ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਜੀ ਬਾਬਾ ਜੀ ਦੇ ਬਾਰੇ, ਤੁਸੀਂ ਵੀ ਸਾਰੇ ਵੀਰਾਂ ਨੂੰ ਵੀ ਅਰਦਾਸ ਕਰਦੇ ਹਾਂ ਵੀ ਤੁਸੀਂ ਇਹਨਾਂ ਦੀ ਸਿਹਤਯਾਬੀ ਵਾਸਤੇ ਅਰਦਾਸ ਕਰੋ ਜੀ। ਬੇਨਤੀ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਇਹ ਠੀਕ ਹੋ ਸਕਣ, ਆਪਦੀ ਦਿਨ ਚਰਿਆ ਜਿਹੜੀ ਆਪਣੀ ਜ਼ਿੰਦਗੀ ਹੈ ਜਿਹੜੀ ਬਾਕੀ ਰਹਿੰਦੀ ਉਹਨੂੰ ਆਪਦੇ ਪੈਰਾਂ ਸਿਰ ਗੁਜ਼ਾਰ ਸਕਣ, ਕਿਉਂਕਿ ਇੱਕ ਸਭ ਤੋਂ ਵੱਡੀ ਪ੍ਰੋਬਲਮ ਵਾਲੀ ਗੱਲ ਇਹ ਹੈ ਜੀ ਚੂੜਾ ਟੁੱਟਣਾ ਇਹਨਾਂ ਦਾ, ਅਤੇ ਉਸੇ ਪਾਸੇ ਹੀ ਦਾ ਹੀ ਚੂੜਾ ਟੁੱਟਿਆ ਜਿਹੜੇ ਪਾਸੇ ਇਹਨਾਂ ਦੀ ਇੱਕ ਬਾਂਹ ਹੈ ਨਹੀਂ ਗੀ, ਅਤੇ ਫੌੜੀ ਵੀ ਨਹੀਂ ਲਗਾ ਸਕਦੇ ਤੁਰਨ ਦੀ ਖਾਤਰ, ਕੋਈ ਸਪੋਰਟ ਵੀ ਨਹੀਂ ਲੱਗ ਸਕਦੀ, ਬੜੀ ਮਾੜੀ ਹਾਲਤ 'ਚ। ਅਤੇ ਹੁਣ ਡਾਕਟਰਾਂ ਨੇ ਦੱਸਿਆ ਜੀ ਅਜੀ ਡਾਕਟਰ ਸਾਹਿਬ ਰਮਨ ਸਿੰਗਲਾ ਜੀ ਦੀਪ ਹੋਸਪਿਟਲ ਦੇ ਵਿੱਚ ਔਰਥੋ ਦੇ ਉਹਨਾਂ ਦੇ ਕੋਲ ਇਲਾਜ ਚੱਲਦਾ ਇਹਨਾਂ ਦਾ, ਤਾਂ ਇਹਨਾਂ ਦੇ ਆਪਰੇਸ਼ਨ ਦੇ ਵਿੱਚ 1.25 ਲੱਖ ਰੁਪਏ ਦਾ ਖਰਚਾ ਹੁਣ ਹੈਗਾ ਜੀ, ਉਹ ਦੱਸਦੇ ਆ ਚੂੜਾ ਨਵਾਂ ਪਾਉਣਾ ਪੈਣਾ ਜੀ। ਅਤੇ ਅਸੀਂ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ, ਬਾਕੀ ਬਾਬਾ ਜੀ ਠੀਕ ਹੋ ਜਾਣ ਜਲਦੀ ਤੋਂ ਜਲਦੀ, ਸੰਗਤਾਂ ਨੂੰ ਵੀ ਕਹਿੰਦੇ ਹਾਂ ਵੀ ਇਹਨਾਂ ਦੇ ਇਲਾਜ ਦੇ ਵਿੱਚ ਸਹਿਯੋਗ ਦਿਓ ਜੀ, ਦੀਪਕ ਹੋਸਪਿਟਲ ਦੇ ਵਿੱਚ ਇਹਨਾਂ ਦਾ ਇਲਾਜ ਹੋਣਾ, ਉੱਥੇ ਆ ਕੇ ਇਹਨਾਂ ਦਾ ਇਲਾਜ ਦਾ ਖਰਚ ਜਾਂ ਬਿੱਲ ਪੇ ਕਰ ਸਕਦੇ ਹੋ ਤੁਸੀਂ ਜੀ। ਅਤੇ ਸਾਡਾ ਨੰਬਰ ਹੈ ਜਿਵੇਂ 97803000, ਉਹਦੇ 'ਤੇ ਵੀ ਸੰਪਰਕ ਕਰ ਸਕਦੇ ਹੋ ਬਾਬਾ ਜੀ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ। ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।